ਹੈਲੋ एवरीवन थैंक्स फॉर वाचिंग योर फेवरेट YouTube ਚੈਨਲ ਆਇਲਸ ਪਲਾਜ਼ਾ ਵੈਲਕਮ ਬੈਕ ਇਨ ਅਨਦਰ ਵੀਡੀਓ রাইਟਿੰਗ ਦਾ ਮੋਡਿਊਲ ਇੱਕ ਈਜ਼ੀ ਮੋਡਿਊਲ ਮੰਨਿਆ ਜਾਂਦਾ ਪਰ ਕਾਫੀ ਦੇਖਿਆ ਗਿਆ ਵੀ ਬੱਚਿਆਂ ਦੇ ਬੈਂਡ ਸਕੋਰ রাইਟਿੰਗ ਦੇ ਵਿੱਚੋਂ ਘਟ ਜਾਂਦੇ ਨੇ ਤੇ ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਬੋਥ ਥੀਸ ਥੀਸ ਐਂਡ ਗਿਵ ਯੂਰ ਅਪੀਨੀਅਨ এজ ਦੀ ਟਾਈਪ ਆ ਇਹ ਕਾਫੀ ਵਾਰ ਐਗਜ਼ਾਮ ਦੇ ਵਿੱਚ ਦੇਖੀ ਜਾਂਦੀ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੋਸਟਲੀ ਇਹ ਟਾਈਪ ਆਉਂਦੀ ਹੀ ਆਉਂਦੀ ਹੁੰਦੀ ਹੈ ਮੈਨੂੰ ਐਗਜ਼ਾਮ ਦੇ ਮੰਥ ਤੇ ਵਿੱਚ ਚਾਰ ਐਗਜ਼ਾਮ ਨੇ ਤਾਂ ਦੋ ਤਿੰਨ ਐਗਜ਼ਾਮ ਵਿੱਚ ਮੰਨ ਕੇ ਚੱਲੋ ਵੀ ਡਿਸਕਸ ਪੋਸਪਿਊਜ਼ ਐਂਡ ਗਿਵ ਯੂਰ ਅਪੀਨੀਅਨ ਇਹ ਵਾਲੀ ਟਾਈਪ ਆ ਜਾਂਦੀ ਹੁੰਦੀ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇਹਦਾ ਸੈਂਪਲ ਆਨਸਰ ਸਾਢੇ 4 ਬੈਂਡ ਵਾਲਾ ਕਿੱਦਾਂ ਤੁਸੀਂ ਟਾਸਕ 2 ਦੇ ਇਸ ਪਾਰਟ ਦੇ ਵਿੱਚੋਂ ਇਸ ਟਾਈਪ ਦੇ ਵਿੱਚੋਂ ਸਾਢੇ 4 ਬੈਂਡ ਲੈ ਸਕਦੇ ਹੋ ਮੈਨੂੰ ਇਹ ਕਹਿੰਦਾ ਵੀ ਤੁਹਾਨੂੰ ਕੰਪਲੈਕਸ ਵੋਕੈਬ ਚਾਹੀਦੀ ਹੈ हां ਤੁਹਾਡਾ ਲਿਖਣ ਦਾ ਤਰੀਕਾ ਥੋੜਾ ਜਿਹਾ ਵਧੀਆ ਚਾਹੀਦਾ ਤੇ ਉਹੀ ਚੀਜ਼ ਮੈਂ ਤੁਹਾਨੂੰ ਅੱਜ ਦਿਖਾਉਂਗਾ ਇਹ ਖੁੱਦ ਦਾ ਲਿਖਿਆ ਮੇਰਾ ਟਾਸਕ 2 ਹੈ ਤੇ ਟ੍ਰੇਨਰ ਦੇ ਵੱਲੋਂ ਸਾਡੇ 4 ਬੈਂਡ ਦਿੱਤੇ ਹੋਏ ਨੇ ਤੇ ਮੈਂ ਅੱਜ ਦੀ ਇਸ ਵੀਡੀਓ ਵਿੱਚ ਡਿਟੇਲ ਵਾਈਜ਼ ਤੁਹਾਨੂੰ ਪੜਾ ਕੇ ਦਿਖਾਉਂਗਾ ਵੀ ਆਖਿਰ ਮੈਂ ਲਿਖਿਆ ਕੀ ਠੀਕ ਹੈ ਵੀਡੀਓ ਨੂੰ ਸ਼ੁਰੂ ਕਰੂੰਗਾ ਉਸ ਤੋਂ ਪਹਿਲਾਂ ਇੱਕ ਮੈਂ ਛੋਟੀ ਜਿਹੀ ਰਿਕਵੈਸਟ ਤੁਹਾਡੇ ਸਾਰਿਆਂ ਦੇ ਅੱਗੇ ਕਰਨੀ ਚਾਹਣਾ ਜੇ ਤੁਸੀਂ ਫਸਟ ਟਾਈਮ ਚੈਨਲ ਦੇ ਉੱਤੇ ਵਿਜ਼ਿਟ ਕਰ ਰਹੇ ਹੋ ਅਜੇ ਤੱਕ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕ ਇਹ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਉਹ ਵੀ ਆਪਾਂ ਪ੍ਰੋਵਾਈਡ ਕਰਵਾ ਸਕਦੇ ਆ ਪਰ ਇੱਕੋ ਚੀਜ਼ ਦੀ ਡਿਮਾਂਡ ਆਪਾਂ ਤੁਹਾਡੇ ਤੋਂ ਐਕਸਪੈਕਟੇਸ਼ਨ ਤੁਹਾਡੇ ਤੋਂ ਕਰਦੇ ਆ ਵੀ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਤਾਂ ਫਿਰ ਸਟਾਰਟ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਡਿਸਕਸ ਬੋਥ ਥੀਮਸ ਦੇ ਵਿੱਚ ਦੋ ਗਰੁੱਪ ਹੁੰਦੇ ਨੇ ਪਹਿਲਾ ਗਰੁੱਪ ਆਪਾਂ ਇੱਥੇ ਲਿਖਿਆ ਕਹਿੰਦਾ ਇਟ ਇਜ਼ ਕਲੇਮਡ ਬਾਏ ਫਿਊ ਇੰਡੀਵਿਜੂਅਲਸ ਥੈਟ ਵਾਈਲ ਸਿਲੈਕਟਿੰਗ ਆਰਗੇਨਾਈਜੇਸ਼ਨ ਫਾਰ ਜੌਬ ਇਨਕਮ ਇਜ਼ ਅ ਕ੍ਰੂਸ਼ੀਅਲ ਫੈਕਟਰ ਬਟ ਅਦਰ ਆਰਗਿਊ ਥੈਟ ਜਿਹੜੇ ਦੂਜੇ ਨੇ ਉਹ ਆਰਗਿਊ ਕਰ ਰਹੇ ਨੇ ਉਹ ਕੀ ਕਹਿ ਰਹੇ ਨੇ ਥੈਟ ਐਟਮੋਸਫੀਅਰ ਆਫ ਵਰਕ ਪਲੇਸ ਇਸ ਆਲਸੋ ਇੰਪੈਰੇਟਿਵ ਇੰਪੈਰੇਟਿਵ ਕੀ ਹੁੰਦਾ ਆਪਣਾ ਇੰਪੋਰਟੈਂਟ ਠੀਕ ਹੈ ਆਈ ਐਮ ਹੁਣ ਆਪਣੇ ਆ ਗਈ ਆਪਣੀ ਥੀਸਿਸ ਲਾਈਨ ਇੱਥੋਂ ਆਪਣੀ ਥੀਸਿਸ ਲਾਈਨ ਸ਼ੁਰੂ ਹੋ ਜਾਂਦੀ ਹੈ ਆਈ ਐਮ ਇਨ ਦੀ ਫੇਵਰ ਆਫ ਲੇਟਰ ਨੋਸ਼ਨ ਲੇਟਰ ਮਤਲਬ ਕੀ ਜਿਹੜੀ ਆਪਣੀ ਬਾਅਦ ਵਾਲੀ ਹੁੰਦੀ ਹੈ ਵੀ ਮੈਂ ਕਹਿੰਦਾ ਵੀ ਐਟਮੋਸਫੀਅਰ ਵੀ ਕਾਫੀ ਜ਼ਰੂਰੀ ਹੈ ਵੀ ਮੈਂ ਇਹਦੇ ਨਾਲ ਐਗਰੀ ਆਗਾ ਇਨ ਫੋਰਥਕਮਿੰਗ ਪੈਰਾਗ੍ਰਾਫਸ ਆਈ ਵਿਲ ਐਕਸਪਲੇਨ ਮਾਈ ਬੂਥ 뷰 ਪੁਆਇੰਟਸ ਅਲੋਂਗ ਵਿਦ ਮਾਈ ਓਪੀਨੀਅਨ ਠੀਕ ਹੈ ਇਹ ਸਿੰਪਲ ਜੀ ਆਪਣੀ ਥੀਸਿਸ ਲਾਈਨ ਹੋਗੀ ਤੇ ਮੈਂ ਇਹਨਾਂ ਨੂੰ ਦੱਸਦਾ ਵੀ ਕੁਝ ਲੋਕ ਇਦਾਂ ਕਹਿੰਦੇ ਆ ਵੀ ਇਨਕਮ ਹੀ ਕ੍ਰੂਸ਼ਲ ਫੈਕਟਰ ਆ ਬਾਕੀ ਜਿਹੜੇ ਦੂਸਰੇ ਕਹਿੰਦੇ ਆ ਵੀ ਨਹੀਂ ਐਟਮੋਸਫੀਅਰ ਵੀ ਇੰਪੋਰਟੈਂਟ ਆ ਇਨਕਮ ਦੇ ਨਾਲ-ਨਾਲ ਤੇ ਮੈਂ ਐਗਰੀ ਹੋ ਗਿਆ ਦੂਸਰੇ ਦੇ ਨਾਲ ਠੀਕ ਹੈ ਮੇਰਾ ਓਪੀਨੀਅਨ ਕੀ ਆ ਵੀ ਦੂਸਰਾ ਵੀ ਇੰਪੋਰਟੈਂਟ ਹੈ ਚਲੋ ਜੀ ਹੁਣ ਆਪਾਂ ਵਧਦੇ ਹਾਂ ਆਪਣੇ ਫਰਸਟ ਬੀਪੀ ਦੇ ਵੱਲ ਇਹ ਲਾਈਨ ਤੁਸੀਂ ਐਡ ਕਰ ਸਕਦੇ ਹੋ ਇੱਕ ਵਾਰ ਮੈਂ ਤੁਹਾਨੂੰ ਸੈਂਪਲ ਆਂਸਰ ਵੀ ਸੌਰੀ ਇੱਕ ਟੈਂਪਲੇਟ ਵੀ ਪ੍ਰੋਵਾਈਡ ਕਰਵਾਇਆ ਸੀ ਉਸ ਦੇ ਵਿੱਚ ਵੀ ਆਹ ਵਾਲੀ ਜਿਹੜੀ ਲਾਈਨ ਸੀ ਮੈਂ ਐਡ ਕੀਤੀ ਹੋਈ ਸੀ ਕਹਿੰਦਾ ਸਮ ਕ੍ਰਿਟੀਕਲ 엘ਮੈਂਟਸ ਆਰ ਐਸੋਸੀਏਟਿਡ ਵਿਦ ਦਾ ਅਪਰੋਚ 댓 ਬਾਈ ਵੈਲ ਪੇਡ ਜੌਬ ਇਜ਼ ਏਸੈਂਸ਼ੀਅਲ ਠੀਕ ਹੈ essential ਉਹੀ ਹੋ ਗਿਆ important ਦਾ synonym ਹੋ ਗਿਆ ਕੋਈ ਜਿਆਦਾ ਤਕੜੀ ਬੋਕਾਇਬ ਤਾਂ ਨਹੀਂ ਹੈਗੀ ਸਿੰਪਲ ਜੀ ਬੋਕਾਇਬ ਹੈ ਸਿੰਪਲ ਜੀ synonym ਜੋ ਮੈਨੂੰ ਆਉਂਦੇ ਸੀ ਉਹ ਮੈਂ ਯੂਜ਼ ਕੀਤੇ ਹੋਏ ਨੇ ਤਾਂ ਫਰਸਟ ਐਂਡ ਫਾਰਮੋਸਟ ਪਹਿਲਾਂ ਮੈਂ ਇੱਥੇ ਦੱਸਦਾ ਵੀ ਥੋੜੇ-ਮੋਟੇ ਐਲੀਮੈਂਟਸ ਹੈਗੇ ਨੇ ਜਿਹੜੇ ਕਹਿੰਦੇ ਨੇ ਵੀ ਬਾਈ ਵੈਲ ਪੇਡ ਜੌਬ ਵੀ ਉਹ ਨੌਕਰੀਆਂ ਜਿਨ੍ਹਾਂ ਦੀ ਜਿਹੜੀ ਤਨਖਾਹ ਜਿਨ੍ਹਾਂ ਦੀ ਇਨਕਮ ਵਧੀਆ ਉਹ ਇੰਪੋਰਟੈਂਟ ਕਿਉਂ ਨੇ ਮੈਂ ਹੁਣ ਆਪਣਾ ਫਰਸਟ ਪੁਆਇੰਟ ਐਕਸਪਲੇਨ ਕਰਨ ਲੱਗਿਆ ਫਰਸਟ ਐਂਡ ਫਾਰਮੋਸਟ ਵਾਲਾ ਮੈਂ ਲਾਤਾ ਜੀ ਕਨੈਕਟਰ ਕਹਿੰਦਾ ਐਟ ਇਨਫਲੇਸ਼ਨ ਇਜ਼ ਇਨਕਰੀਜ਼ਿੰਗ ਐਟ ਆਫ ਫਾਸਟਰ ਰੇਟ ਇੱਥੇ ਫਾਸਟਰ ਦੀ ਜਗ੍ਹਾ ਤੇ ਆਪਾਂ ਅਲਾਰਮਿੰਗ ਵੀ ਲਿਖ ਸਕਦੇ ਹਾਂ ਜੋ ਕਿ ਟ੍ਰੇਨਰ ਨੇ ਐਡ ਕੀਤਾ ਹੋਇਆ ਫਾਸਟਰ ਨੂੰ ਆਪਾਂ ਕਹਿ ਸਕਦੇ ਹਾਂ ਅਲਾਰਮਿੰਗ ਇਨਫਲੇਸ਼ਨ ਕੀ ਹੁੰਦੀ ਆ ਇਨਫਲੇਸ਼ਨ ਹੁੰਦੀ ਆ ਜੀ ਮਹਿੰਗਾਈ ਮੈਂ ਕਿਹਾ ਵੀ ਮਹਿੰਗਾਈ ਦਿਨੋ ਦਿਨ ਇਨਕਰੀਜ਼ ਹੋ ਰਹੀ ਆ ਮਤਲਬ ਕਿ ਵੱਧ ਰਹੀ ਆ टू इलैबोरेट ਹੁਣ ਮੈਂ ਇਹਨੂੰ ਕਰੂੰਗਾ ਆਪਣੇ ਪੁਆਇੰਟ ਨੂੰ ਇਲਾਬੋਰੇਟ ਮੈਂ ਉਹਨਾਂ ਨੂੰ ਮੋਟਾ ਜਿਹਾ ਆਈਡੀਆ ਦਿੱਤਾ ਵੀ ਆਹ ਕਾਰਨ ਕਰਕੇ ਬੈਲਪੇਡ ਜਿਹੜੀ ਜੌਬ ਆ ਉਹ ਇੰਪੋਰਟੈਂਟ ਹੈ ਉਹਨਾਂ ਨੂੰ ਦੱਸੂੰਗਾ ਵੀ ਕਿਉਂ ਇੰਪੋਰਟੈਂਟ ਹੈ ਤੇ ਕਿਵੇਂ ਇੰਪੋਰਟੈਂਟ ਹੈ ਇਹ ਚੀਜ਼ ਐਕਸਪਲੇਨ ਕਰਨੀ ਕਾਫੀ ਇੰਪੋਰਟੈਂਟ ਹੈ ਮੈਂ ਕਿਹਾ ਵੀ ਐਟ ਪ੍ਰੈਜ਼ੈਂਟ एवरीथिंग ਇਜ਼ ਐਕਸਪੈਂਸਿਵ ਐਂਡ ਕਾਸਟ ਆਫ ਲਿਵਿੰਗ ਇਜ਼ ਆਲਸੋ ਇਨਕਲਾਈਨਿੰਗ ਮੈਂ ਉਹਨਾਂ ਨੂੰ ਕਿਹਾ ਵੀ ਅ ਅੱਜ ਦੇ ਟਾਈਮ ਦੇ ਉੱਤੇ ਹਰ ਇੱਕ ਚੀਜ਼ ਮਹਿੰਗੀ ਆ ਤੇ ਕਾਸਟ ਆਫ ਲਿਵਿੰਗ ਜਿਹੜਾ ਆਪਣਾ ਰਹਿਣ ਸਣ ਦਾ ਖਰਚਾ ਉਹ ਵੀ ਨਾਲ ਦੀ ਨਾਲ ਵੱਧ ਰਿਹਾ ਸੋ ਹਾਈ ਸੈਲਰੀ ਇਜ਼ ਮੰਡੇਟਰੀ ਮੈਂ ਕਿਹਾ ਵੀ ਜਿਹੜੀ ਹਾਈ ਸੈਲਰੀ ਆ ਉਹ ਇੰਪੋਰਟੈਂਟ ਹੈ ਜ਼ਰੂਰੀ ਹੈ ਹੁਣ ਆ ਗਏ ਆਪਾਂ ਇੱਧਰ ਇਨ ਐਡੀਸ਼ਨ ਸਿੰਪਲ ਦੋ ਕਲੈਨਰ ਦੇ ਵਿੱਚ ਮੈਂ ਆਪਣਾ ਏ ਉਹ ਜਿਹੜਾ ਉਹ ਪੁਆਇੰਟ ਤੀ ਉਹ ਐਕਸਪਲੇਨ ਕਰਤਾ ਹੁਣ ਮੈਂ ਆਪਣਾ ਸੈਕੰਡ ਮਤਲਬ ਕਿ ਦੋ ਪੁਆਇੰਟ ਦੇ ਨੇ ਬਣਦੇ ਹੁੰਦੇ ਆ ਤੇ ਮੈਂ ਹੁਣ ਦੂਸਰੇ ਪੁਆਇੰਟ ਦੇ ਵੱਲ ਵੱਧਾਂ ਇਨ ਐਡੀਸ਼ਨ ਇੰਡੀਵਿਜੂਅਲਸ ਡ੍ਰੀम्स ਆਰ ਵਿਗ ਐਂਡ ਦੇ ਵਾਂਟ ਟੂ ਇੰਜੋਏ ਦਾ ਲਗਜ਼ਰੀ ਆਫ ਲਾਈਫ ਕਹਿੰਦਾ ਲੋਕਾਂ ਦੇ ਜਿਹੜੇ ਡ੍ਰੀਮ ਨੇ ਉਹ ਵੱਡੇ ਨੇ ਤੇ ਉਹ ਲਗਜ਼ਰੀ ਲਾਈਫ ਇੰਜੋਏ ਕਰਨਾ ਚਾਹੁੰਦੇ ਆ ਬਟ ਇਟ ਇਜ਼ ਨਾਟ ਪੋਸੀਬਲ ਵਿਦ ਲੋ ਸੈਲਰੀਜ਼ ਪਰ ਇਸ ਜਿਹੜਾ ਕਿ ਪੋਸੀਬਲ ਨਹੀਂ ਹੈ ਲੋ ਸੈਲਰੀਜ਼ ਦੇ ਨਾਲ ਮਤਲਬ ਕਿ ਲੋ ਸੈਲਰੀਜ਼ ਨਾਲ ਉਹ ਕਿਦਾਂ ਆਪਣੇ ਜਿਹੜੇ ਡ੍ਰੀਮ ਲ माण सक हूँ मैं इतने इग्जैम्पल भी ऐड करती टू साइट एन एग्जैम्पल ए सर्वे वॉज कंडक्ट बाय ऑक्सफोर्ड यूनिवर्सिटी रिवील दैट इन फिनलैंड देर आ सॉरी देर आर लो इनकम of workers and uh, most of the citizens of inland's are unhappy and they are not able to enjoy good life simple ji example ditti hai koi zyada main complex idea the judne kita par e mera jora task da thoda pehle time da likha hoya hun ajj de time de utte main tonu je advice dewan je tusi example add karni chahunde ho matlab ki example add karni vadiya hundi hai par tusi je personal example add karo todi personal knowledge de naal jo ki sahi hove ਆ ਮਤਲਬ ਕਿ ਇੱਥੇ ਤਾਂ ਮੈਂ ਆਪਦੇ ਕੋਲੋਂ ਕੋਈ ਸਰਵੇ ਨਹੀਂ ਕੰਡਕਟ ਕਰਤਾ ਸੀ ਪਰ ਐਪਰੋਪਰੀਏਟ ਤੇ ਸਭ ਤੋਂ ਵਧੀਆ ਤਰੀਕਾ ਇਹੀ ਹੈ ਵੀ ਜੇ ਤੁਸੀਂ 6.5 ਬੈਂਡ ਲੈਣੇ ਨੇ ਰਾਈਟਿੰਗ ਦੇ ਵਿੱਚੋਂ ਤਾਂ ਇੱਕ ਪਰਸਨਲ ਐਗਜ਼ੈਂਪਲ ਐਡ ਕਰਕੇ ਆਓ ਠੀਕ ਹੈ ਆਪਣਾ ਪਹਿਲਾ ਬੀਪੀ ਹੋ ਗਿਆ ਕੰਪਲੀਟ ਤੇ ਮੈਂ ਉਧਰ ਜਿਹੜਾ ਜਿਸ ਚੀਜ਼ ਨਾਲ ਮੈਂ ਐਗਰੀ ਨਹੀਂ ਸੀ ਜੋ ਮੇਰਾ opinion ਨਹੀਂ ਸੀ ਉਸ ਚੀਜ਼ ਨੂੰ ਮੈਂ ਐਕਸਪਲੇਨ ਕਰ ਦਿੱਤਾ ਤੇ ਹੁਣ ਉਹ ਚੀਜ਼ ਜਿਸ ਦੇ ਨਾਲ ਮੈਂ ਮੇਰਾ opinion ਸੀ ਮੈਂ ਐਗਰੀ ਸੀ ਮਤਲਬ ਕਿ ਮੈਂ ਕਹਿ ਰਿਹਾ ਸੀ ਵੀ ਐਟਮੋਸਫੇਅਰ ਇਨਵਾਇਰਨਮੈਂਟ ਵੀ ਵਰਕ ਪਲੇਸ ਦਾ ਇੰਪੋਰਟੈਂਟ ਹੈ ਹੁਣ ਮੈਂ ਉਸ ਚੀਜ਼ ਨੂੰ ਐਕਸਪਲੇਨ ਕਰਨ ਲੱਗਿਆ ਕਿੱਦਾਂ ਲਿਖਿਆ ਮੈਂ ਔਨ ਦਾ ਅਦਰ ਹੈਂਡ ਡਿਸਕਸ ਬੋਥ ਵੀਪੀ ਦੇ ਸੈਕੰਡ ਵੀਪੀ ਦੇ ਉੱਤੇ ਆ ਕਨੈਕਟਰ ਤੁਸੀਂ ਯੂਜ਼ ਕਰ ਸਕਦੇ ਹੋ ਬਿਨਾਂ ਕੁਝ ਦੇਖੇ ਔਨ ਦੀ ਅਦਰ ਹੈਂਡ ਗੁੱਡ ਵਰਕਿੰਗ ਐਟਮੋਸਫੀਅਰ ਇਜ਼ ਆਲਸੋ ਇਨਡਿਸਪੈਂਸੇਬਲ ਯਾਨੀ ਕਿ ਤੁਸੀਂ ਇਹ ਦੇਖੋ ਵੀ ਮੈਂ ਇੰਪੋਰਟੈਂਟ ਦੇ ਕੀ ਕੀ ਸਨਾਨੀਮ ਯੂਜ਼ ਕੀਤੇ ਆ ਇੰਪੋਰਟੈਂਟ ਨੂੰ ਮੈਂ ਇੰਪੈਰੀਟਿਵ ਵੀ ਕਿਹਾ ਏਸੈਂਸ਼ੀਅਲ ਵੀ ਕਿਹਾ ਤੇ ਹੁਣ ਮੈਂ ਉਹਨੂੰ ਕਿਹਾ ਇੰਡਿਸਪੈਂਸੇਬਲ ਇੰਡਿਸਪੈਂਸੇਬਲ ਦਾ ਮਤਲਬ ਹੁੰਦਾ ਲਾਜ਼ਮੀ ਮੈਂ ਕਿਹਾ ਵੀ ਗੁੱਡ ਵਰਕਿੰਗ ਐਟਮੋਸਫੀਅਰ ਲਾਜ਼ਮੀ ਹੈ ਡਿਊ ਟੂ ਅ ਵੇਰੀਅਸ ਰੀਜ਼ਨ ਕਿਦੇ ਕਰਕੇ ਕੁਝ ਕਾਰਨਾ ਕਰਕੇ ਜਿਨ੍ਹਾਂ ਨੂੰ ਮੈਂ ਹੁਣ ਐਕਸਪਲੇਨ ਕਰਨ ਜਾ ਰਿਹਾ ਫਰਸਟਲੀ ਸਿੰਪਲ ਜਿਹਾ ਕਨੈਕਟਰ ਲਾਇਆ ਤੇ ਗਲਤੀਆਂ ਨਾ ਰੱਖਿਓ ਤੁਸੀਂ ਜੇ ਇਹ ਸੋਚਦੇ ਹੋ ਵੀ ਨਾ ਤੁਸੀਂ ਵਧੀਆ ਜਿਹਾ ਕਨੈਕਟਰ ਲਾ ਕੇ ਸਤੋ ਔਖੇ ਦੇ ਕੰਪਲੈਕਸ ਦੇ ਕਨੈਕਟਰ ਲਾ ਕੇ ਤੁਸੀਂ ਬੈਂਡ ਸਕੋਰ ਲੈ ਜਾਓਗੇ ਇਦਾਂ ਨਹੀਂ ਹੁੰਦਾ ਹੁੰਦਾ ਕਿਉਂਕਿ ਕਨੈਕਟਰ ਦਾ ਰੱਟੇ ਨਾਲ ਯਾਦ ਹੁੰਦੇ ਆ ਤੇ ਐਗਜ਼ਾਮੀਨਰ ਨੂੰ ਇਹ ਚੰਗੀ ਤਰੀਕੇ ਨਾਲ ਪਤਾ ਵੀ ਕਨੈਕਟਰ ਦੇ ਨਾਲ ਮੈਂ ਬੱਚੇ ਨੂੰ ਕਿੱਦਾਂ ਬੈਂਡ ਸਕੋਰ ਦੇਦਾ ਜੋ ਤੁਸੀਂ ਉਸ ਚੀਜ਼ ਦੇ ਵਿੱਚ ਟਾਸਕ ਦੇ ਵਿੱਚ ਬੀਪੀ ਦੇ ਵਿੱਚ ਐਕਸਪਲੇਨ ਕਰ ਰਹੇ ਹੋ ਉਸ ਚੀਜ਼ ਦਾ ਤੁਹਾਨੂੰ ਬੈਂਡ ਸਕੋਰ ਮਿਲਣਾ ਤਾਂ ਹੁਣ ਆਪਾਂ ਆਪਣੇ ਪੁਆਇੰਟ ਦੇ ਵੱਲ ਵਧਦੇ ਹਾਂ ਇਫ ਦਾ ਵਰਕਰਸ ਆਰ ਨਾਟ ਫਰੈਂਡਲੀ ਵਿਦ ਈਚ ਅਦਰ ਸੌਰੀ ਵਿਦ ਈਚ ਅਦਰ ਐਟ ਜੌਬ ਦੈਨ ਦੇ ਰਿਮੇਨ ਸਾਇਲੈਂਟ ਐਟ ਮੋਸਟ ਆਫ ਦਾ ਟਾਈਮ ਕਹਿੰਦਾ ਜੇ ਉਹ ਇੱਕ ਦੂਜੇ ਨਾਲ ਫਰੈਂਡਲੀ ਨਹੀਂ ਹੋਣਗੇ ਤਾਂ ਉਹ ਮੈਂ ਕਿ ਮਤਲਬ ਕਿ ਉਹ ਸਾਇਲੈਂਟ ਹੀ ਰਹਿਣਗੇ ਜਿਆਦਾ ਟਾਈਮ ਵਰਕ ਦੇ ਉੱਤੇ ਮੋਸਟ ਆਫ ਦਾ ਟਾਈਮ ਉਹ ਚੁੱਪ ਰਹਿਣਗੇ ਦਸ ਇੰਡੀਵਿਜੂਅਲ ਕੈਨ ਬਿਕਮ ਇੰਟਰੋਵਰਟ ਐਂਡ ਸਮ ਟਾਈਮਸ ਦੇ ਨੀਡ ਟੂ ਫੇਸ ਦਾ ਪ੍ਰੋਬਲਮ ਆਫ ਡਿਪਰੈਸ਼ਨ ਐਂਡ ਐਂਗਜ਼ਾਇਟੀ ਮੈਂ ਕਿਹਾ ਵੀ ਵੀ ਜੇ ਉਹ ਚੁੱਪ ਰਹਿਣਗੇ ਜਿਆਦਾ ਟਾਈਮ ਤਾਂ ਉਹ ਇੰਟਰੋਵਰਟ ਵੀ ਬਣ ਸਕਦੇ ਕਿਉਂਕਿ ਜਦੋਂ ਆਪਾਂ ਚੁੱਪ ਰਹਿਨੇ ਆ ਤਾਂ ਬੰਦੇ ਦਾ ਸੁਭਾਈ ਇਦਾਂ ਦਾ ਬਣ ਜਾਂਦਾ ਹੁੰਦਾ ਨਾ ਵੀ ਉਹ ਚੁੱਪੀ ਰਹਿਣਾ ਉਹਨੂੰ ਪਸੰਦ ਆਉਣ ਲੱਗ ਜਾਂਦਾ ਉਹ ਇੰਟਰੋਵਰਟ ਬਣ ਜੂਗਾ ਜੇ ਇੰਟਰੋਵਰਟ ਬਣਦਾ ਤਾਂ ਉਹਨੂੰ ਪਤਾ ਵੀ ਕਿੰਨੇ ਹੀ ਚਾਂਸਸ ਕਿੰਨੀਆਂ ਹੀ ਆਪਰਚੂਨਿਟੀਆਂ ਆਪਾਂ ਮਿਸ ਕਰ ਦਿੰਨੇ ਹਾਂਗੇ ਤੇ ਉਹ ਇੰਟਰੋਵਰਟ ਬਣ ਜੂਗਾ ਤੇ ਸਮ ਟਾਈਮਸ ਉਹ ਪ੍ਰੋਬਲਮ ਵੀ ਫੇਸ ਕਰ ਸਕਦਾ ਡਿਪਰੈਸ਼ਨ ਤੇ ਐਨੈਗਜ਼ਾਈਟੀ ਦੀ ਡਿਪਰੈਸ਼ਨ ਮਤਲਬ ਕੀ ਮੈਂਟਲ ਆਪਣਾ ਜਿਹੜੀ ਮੈਂਟਲ ਸਟੇਟ ਆ ਉਹ ਹਿੱਲ ਸਕਦੀ ਆ ਆਪਾਂ ਦਿਮਾਗੀ ਤੌਰ ਤੇ ਥੋੜੇ ਜਿਹੀ ਪਰੇਸ਼ਾਨ ਹੋ ਸਕਦੇ ਆ ਤੇ ਇੱਕ ਮੇਰਾ ਪੁਆਇੰਟ ਹੋ ਗਿਆ ਐਕਸਪਲੇਨ ਹੁਣ ਮੈਂ ਕਰੂੰਗਾ ਆਪਣੇ ਸੈਕੰਡ ਪੁਆਇੰਟ ਨੂੰ ਐਕਸਪਲੇਨ ਜੋ ਕਿ ਮੈਂ ਸ਼ੁਰੂ ਕੀਤਾ ਮੋਰਓਵਰ ਤੋਂ ਮੋਰਓਵਰ ਪੀਸਫੁਲ ਵਰਕਿੰਗ ਐਟਮੋਸਫੇਅਰ ਇਜ਼ ਰਿਕੁਆਇਰਡ ਫਾਰ ਬੈਟਰ ਪਰਫਾਰਮੈਂਸ ਆਫ ਅ ਕੰਪਨੀ ਮੈਂ ਸੈਕੰਡ ਪੁਆਇੰਟ ਇਹ ਕਿਹਾ ਵੀ ਜਿਹੜਾ ਪੀਸਫੁੱਲ ਯਾਨੀ ਕਿ ਪੀਸਫੁੱਲ ਜਿਹੜਾ ਕਿ ਸ਼ਾਂਤ ਜਿਹਾ ਮਾਹੌਲ ਆ ਸ਼ਾਂਤ এনवायरमेंट ਆ ਉਹ ਵੀ ਕਾਫੀ ਇੰਪੋਰਟੈਂਟ ਹੈ ਕਾਦੇ ਲਈ ਕੰਪਨੀ ਦੀ ਪਰਫਾਰਮੈਂਸ ਦੇ ਲਈ ਬਿਕਾਜ਼ ਇਟ ਇਜ਼ ਹਾਰ ਟੂ ਕਨਸੈਂਟਰੇਟ ਔਨ ਵਰਕ ਇਫ देयर ਇਜ਼ ਅ ਲੋਟ ਔਫ ਨੌਇਜ਼ ਪੋਲੂਸ਼ਨ ਸਿੰਪਲ ਜੀ ਗੱਲ ਆ ਵੀ ਜੇ ਉੱਥੇ ਜ਼ਿਆਦਾ ਨੌਇਜ਼ ਪੋਲੂਸ਼ਨ ਹੋਊਗਾ ਜਿਹੜੇ ਕੰਪਨੀ ਦੇ ਵਰਕਰ ਨੇ ਉਹ ਕੰਮ ਦੇ ਉੱਤੇ ਕਨਸੈਂਟਰੇਟ ਨਹੀਂ ਕਰ ਪਾਉਣਗੇ ਫਾਰ ਇਗਜ਼ੈਂਸ ਨਿਊਜ਼ ਹੈਡਲਾਈਨ ਡਿਪੀਕਟਡ ਥੈਟ ਸੌਰੀ ਫੋਰ ਇਗਜ਼ੈਂਪਲ ਨਿਊਜ਼ ਹੈਡਲਾਈਨ ਬਾਈ ਦਾ ਟ੍ਰਿਬਿਊਨ ਡਿਪੀਕਟਡ ਥੈਟ ਕੰਪਨੀਆਂਜ਼ ਥੈਟ ਆਰ ਵਰਕਿੰਗ ਇਨ ਅ ਨੌਇਜ਼ੀ ਏਰੀਆ ਫੇਲਡ ਟੂ ਕੰਪਲੀਟ ਦਾ ਟਾਰਗੇਟ ਠੀਕ ਹੈ ਇਹ ਵੀ ਮੈਂ ਸਿੰਪਲ ਜੀ ਆਪਣੀ ਜਿਹੜੀ ਐਗਜ਼ਾਮਪਲ ਆ ਉਹ ਐਡ ਕਰਤੀ ਪਰ ਇਹ ਮੇਰੇ ਪਹਿਲਾਂ ਦੇ ਟਾਸਕ ਨੇ ਹੁਣ ਮੈਂ ਤੁਹਾਨੂੰ ਇਹੀ ਰეკਮੈਂਡ ਕਰੂੰਗਾ ਵੀ ਜੇ ਤੁਸੀਂ ਪਰਸਨਲ ਐਗਜ਼ਾਮਪਲ ਐਡ ਕਰ ਸਕਦੇ ਹੋ ਤਾਂ ਬਹੁਤ ਵਧੀਆ ਪਰਸਨਲ ਬਲਕਿ ਨੌਲੇਜ ਬੇਸਡ ਦੇ ਐਗਜ਼ਾਮਪਲ ਐਡ ਕਰੋਗੇ ਤਾਂ ਉਸ ਤੋਂ ਵਧੀਆ ਗੱਲ ਕੋਈ ਹੋ ਹੀ ਨਹੀਂ ਸਕਦੀ ਠੀਕ ਹੈ ਇਹ ਹੁਣ ਆਪਣਾ ਹੋ ਗਿਆ ਐਕਸਪਲੇਨ ਮੈਂ ਕਹਿੰਦਾ ਵੀ ਇੱਕ ਜਿਹੜਾ ਆਪਣਾ ਸੀ ਡੀ ਟ੍ਰਿਬਿਊਨ ਜਿਹੜਾ ਕਿ ਇੱਕ ਨਿਊਜ਼ਪੇਪਰ ਆ ਉਹਦੀ ਹੈਡਲਾਈਨ ਨੇ ਇੰਡਿਕੇਟ ਕੀਤਾ ਵੀ ਜਿਹੜੀਆਂ ਕੰਪਨੀਆਂ ਨੌਇਜ਼ੀ ਏਰੀਆ ਵਿੱਚ ਕੰਮ ਕਰਦੀਆਂ ਨੇ ਉਹ ਆਪਣੇ ਜਿਹੜੇ ਟਾਰਗੇਟ ਨੇ ਉਹ ਕੰਪਲੀਟ ਕਰਨ ਦੇ ਲਈ ਕਾਬਿਲ ਨਹੀਂ ਨੇ ਉਹ ਕਾਬਿਲ ਨਹੀਂ ਮਤਲਬ ਕਿ ਉਹ ਕੰਪਲੀਟ ਨਹੀਂ ਕਰ پا ਰਹੀਆਂ ਹੁਣ ਆ ਗਏ ਆਪਾਂ ਕਨਕਲੂਜਨ ਦੇ ਉੱਤੇ ਇਨ ਕਲਕੂਲੇਸ਼ਨ ਆ ਆਲਦੋ ਵਾਲੀ ਸਟ੍ਰਕਚਰ ਤੁਸੀਂ ਯਾਦ ਰੱਖਣੀ ਆ ਆਲਦੋ ਹੁੰਦਾ ਮਤਲਬ ਹੁੰਦਾ ਭਾਵੇਂ ਕਿ ਠੀਕ ਹੈ ਇਹ ਜਿਹੜੀ ਸਟ੍ਰਕਚਰ ਆ ਉਹ ਕਨਕਲੂਜਨ ਦੇ ਵਿੱਚ ਲੱਗ ਜਾਂਦੀ ਹੁੰਦੀ ਆ ਮੈਂ ਤੁਹਾਨੂੰ ਇਹ ਰეკਮੈਂਡ ਕਰੂੰਗਾ ਵੀ ਇਸ ਸਟ੍ਰਕਚਰ ਨੂੰ ਤੁਸੀਂ ਆਪਣੇ ਬੀਪੀ ਦੇ ਵਿੱਚ ਨਾ ਵਰਤ ਜੇ ਇਸ ਸਟਰਕਚਰ ਨੂੰ ਤੁਸੀਂ ਆਪਣੇ ਕਨਕਲੂਜਨ ਦੇ ਵਿੱਚ ਯੂਜ਼ ਕਰਦੇ ਹੋ ਤਾਂ ਇੱਕ ਤਾਂ ਤੁਹਾਡੇ ਜਿਹੜੇ ਕਨਕਲੂਜਨ ਦੀ ਟੈਨਸ਼ਨ ਉਹ ਵੀ ਖਤਮ ਹੋ ਜਾਊਗੀ ਕਿਉਂਕਿ ਸਿੰਪਲ ਜੀ ਲਾਈਨ ਆ ਦਿਖਾਉਣਾ ਮੈਂ ਸਾਨੂੰ ਕਿਵੇਂ ਕੀ ਲਿਖਣਾ ਸੌਰੀ ਆਲਥੋ ਹਾਈ ਇਨਕਮਸ ਆਰ ਨੈਸੈਸਰੀ ਟੂ ਇੰਜੋਏ ਲਾਈਫ ਮੈਂ ਕਹਿੰਦਾ ਵੀ ਭਾਵੇਂ ਕਿ ਹਾਈ ਇਨਕਮ ਨੈਸੈਸਰੀ ਨੇ ਇੰਪੋਰਟੈਂਟ ਨੇ ਜ਼ਰੂਰੀ ਨੇ ਲਾਈਫ ਨੂੰ ਇੰਜੋਏ ਕਰਨ ਦੇ ਲਈ ਬਟ ਬਟ ਲਾਤਾ ਦੀ ਸਿਗਨੀਫਿਕੈਂਸ ਆਫ ਬੈਸਟ ਵਰਕਿੰਗ ਐਟਮੋਸਫੀਅਰ ਕੈਨ ਨੋਟ ਬੀ ਨੈਗਲੈਕਟਡ ਸਿੰਪਲ ਜਿਹਾ ਕਨਕਲੂਜਨ ਆ ਕੋਈ ਜ਼ਿਆਦਾ ਮੈਂ ਕੰਪਲੈਕਸ ਕਨਕਲੂਜਨ ਨਹੀਂ ਲਿਖਿਆ ਜੇ ਤੁਸੀਂ ਇਹਨੂੰ ਥੋੜਾ ਜਿਹਾ ਵਧੀਆ ਲਿਖਣਾ ਚਾਹੁੰਦੇ ਹੋ ਤਾਂ ਜੋ ਤੁਸੀਂ ਪੁਆਇੰਟ ਆਪਣੇ ਆਪ ਬੀਪੀ ਸੈਕੰਡ ਦੇ ਵਿੱਚ ਐਕਸਪਲੇਨ ਕੀਤੇ ਆ ਮੈਂ ਕੀ ਕੀਤੇ ਆ ਐਕਸਪਲੇਨ ਵੀ ਇੱਕ ਤਾਂ ਆਪਣਾ ਹੋਊਗਾ ਕੰਪਨੀ ਦੀ ਬੈਟਰ ਪਰਫਾਰਮੈਂਸ ਹੋ ਜੂਗੀ ਜੇ ਉਹ ਵਧੀਆ ਐਟਮੋਸਫੇਅਰ ਵਿੱਚ ਕੰਮ ਕਰਨਗੇ ਤੇ ਦੂਸਰਾ ਪੁਆਇੰਟ ਆਪਣਾ ਕੀ ਸੀ ਉਹ ਮਤਲਬ ਕਿ ਡਿਪਰੈਸ਼ਨ ਵਰਗੇ ਪ੍ਰੋਬਲਮ ਦਾ ਸਕਾਰ ਨਹੀਂ ਹੋਣਗੇ ਇਹ ਤੁਸੀਂ ਇੱਥੇ ਐਡ ਵੀ ਕਰ ਸਕਦੇ ਹੋ ਛੋੜੇ ਜਿਹੇ ਸ਼ਬਦਾਂ ਦੇ ਵਿੱਚ ਮਤਲਬ ਕਿ ਜਿਆਦਾ ਕਨਕਲੂਜਨ ਤੁਸੀਂ 7-8 ਲਾਈਨਾਂ ਦਾ ਨਹੀਂ ਲਿਖਣਾ 3-4 5-ਬੱਦ ਤੋਂ ਬੱਦ 4-5 ਲਾਈਨਾਂ ਦਾ ਜਿਹੜਾ ਕਨਕਲੂਜਨ ਆ ਉਹ ਤੁਹਾਡਾ ਇਨਫ ਹੁੰਦਾ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਟਾਸਕ 2 ਲਿਖ ਸਕਦੇ ਹੋ ਤੁਹਾਡਾ ਬੈਂਡ ਸਕੋਰ ਵਧੀਆ ਆਊਗਾ ਤੇ ਤੁਹਾਡੇ ਸਾਹਮਣੇ ਹੀ ਆ ਵੀ 4.5 ਬੈਂਡ ਲਿਖਿਓ ਮੈਂ ਟਾਸਕ ਪੜਿਆ ਟਾਸਕ ਦੇ ਵਿੱਚ ਕੁਝ ਇੰਨਾ ਖਾਸ ਵੀ ਨਹੀਂ ਸੀ ਸੀਰੀਅਸਲੀ ਦੱਸਾਂ ਕੋਈ ਇੰਨਾ ਮੈਂ ਜਿਹੜਾ ਠੋਸ ਜਿਹਾ ਟਫ ਜਾਂ ਮਤਲਬ ਕਿ ਵਧੀਆ ਜਿਹਾ ਪੁਆਇੰਟ ਮੈਂ ਐਕਸਪਲੇਨ ਨਹੀਂ ਕੀਤਾ ਮੈਨੂੰ ਐ ਆ ਵੀ ਮੈਂ ਹੋਰ ਵੀ ਇਹਨੂੰ ਐਕਸਪਲੇਨ ਕਰ ਸਕਦਾ ਸੀ ਪਰ ਫਿਰ ਵੀ ਬੈਂਡ ਸਕੋਰ ਵਧੀਆ ਆ ਗਿਆ ਹੈ ਇਹੀ ਐਗਜ਼ਾਮੀਨਰ ਤੁਹਾਡਾ ਐਕਸਪੈਕਟ ਕਰਦਾ ਵੀ ਜੇ ਤੁਸੀਂ ਇੰਨਾ ਕੁ ਵੀ ਕਰ ਪਾਉਣੇ ਹੋ ਇੱਕ ਪੁਆਇੰਟ ਲਿਖਤਾ ਉਹਦੀਆਂ ਦੋ ਤਿੰਨ ਲਾਈਨਾਂ ਵਿੱਚ ਉਹਨੂੰ ਐਕਸਪਲੇਨ ਕਰਤਾ ਦੋ ਪੁਆਇੰਟ ਲਿਖ ਦਿਓ ਜੇ ਤੁਹਾਨੂੰ ਐਕਸਪਲੇਨ ਮਤਲਬ ਕਿ ਪੁਆਇੰਟ ਨੂੰ ਐਕਸਪਲੇਨ ਨਹੀਂ ਕਰਨਾ ਹੁੰਦਾ ਤਾਂ ਤੁਸੀਂ ਕੀ ਕਰ ਸਕਦੇ ਹੋ ਦੋ ਪੁਆਇੰਟ ਲਿਖ ਦਿਓ ਤੇ ਇੱਕ ਇੱਕ ਐਗਜ਼ਾਮਪਲ ਤੁਹਾਡੀ ਲੈਂਥ ਪੂਰੀ ਇੱਕ ਬੀਪੀ ਦੀ ਜੇ ਤੁਹਾਨੂੰ ਐਕਸਪਲੇਨੇਸ਼ਨ ਵਧੀਆ ਆਉਂਦੀ ਆ ਤਾਂ ਇੱਕ ਪੁਆਇੰਟ ਲਿਖੋ ਉਸ ਤੋਂ ਬਾਅਦ ਉਸ ਪੁਆਇੰਟ ਨੂੰ ਐਕਸਪਲੇਨ ਕਰੋ ਉਸ ਤੋਂ ਬਾਅਦ ਉਸ ਪੁਆਇੰਟ ਦੇ ਰਿਲੇਟਿਡ ਇੱਕ ਐਗਜ਼ਾਮਪਲ ਲਿਖ ਦਿਓ ਤੇ ਉਸ ਤੋਂ ਬਾਅਦ ਉਹਦਾ ਕਨਕਲੂਜਨ ਕਰ ਦਿਓ ਉਹ ਬੀਪੀ ਦਾ ਠੀਕ ਹੈ ਇਸ ਤਰੀਕੇ ਦੇ ਨਾਲ ਵੀ ਤੁਸੀਂ ਲਿਖ ਸਕਦੇ ਹੋ ਕਿਉਂਕਿ ਮੈਂ ਦੇਖਿਆ ਕਈ ਬੱਚਿਆਂ ਨੂੰ ਜਿਹੜੀ ਐਕਸਪਲੇਨੇਸ਼ਨ ਕਾਫੀ ਵਧੀਆ ਕਰਨੀ ਆਉਂਦੀ ਹੁੰਦੀ ਹੈ ਤੇ ਕੁਝ ਬੱਚੇ ਐਕਸਪਲੇਨੇਸ਼ਨ ਦੇ ਵਿੱਚ ਮਾਰ ਖਾ ਜਾਂਦੇ ਆ ਇਸ ਤਰੀਕੇ ਨੂੰ ਤੁਸੀਂ ਅਪਣਾ ਸਕਦੇ ਹੋ ਅੱਗੇ ਚੱਲ ਕੇ ਟਾਸਕ 1 ਦੇ ਵੀ ਮੇਰੇ ਕੋਲ ਸਾਰੇ ਸੈਂਪਲ ਆਂਸਰ ਪਏ ਨੇ ਉਹ ਵੀ ਮੈਂ ਪ੍ਰੋਵਾਈਡ ਕਰਵਾ ਦੂੰਗਾ ਕਿਹੜੀਆਂ ਵੇਰੀ ਨੂੰ ਪ੍ਰੋਵਾਈਡ ਕਰਵਾ ਸਕਦੇ ਆ ਬਸ ਗੱਲ ਉਹੀ ਆ ਜਾਂਦੀ ਹੈ ਵੀ ਇੱਕੋ ਹੀ ਐਕਸਪੈਕਟੇਸ਼ਨ ਆ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮਚ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ